ਕਿੰਨੇ ਨਿਆਣੇ ਤੁਹਾਡੇ? ਮੇਰੇ ਦੋ ਬੱਚੇ ਨੇ। ਦੋ ਬੱਚੇ ਆ। ਨਿਆਣੇ ਅੱਜ ਕੱਲ ਮਤਲਬ ਘੱਟ ਹੀ ਪੈਦਾ ਕਰ ਰਹੇ ਆ ਵਾਂ, ਹਨਾ? ਕਿਉਂ ਨਹੀਂ? ਕਈਆਂ ਦੇ ਜ਼ਿਆਦਾ ਵੀ ਨੇ, ਲੇਕਿਨ ਕਈਆਂ ਦੇ 6-6 ਵੀ ਆ ਬਾਜੀ। ਹਾਂਜੀ। ਤੁਸੀਂ ਨਹੀਂ ਸੋਚਿਆ ਫਿਰ ਰਸ਼ ਪਾਉਣ ਦਾ? ਅੱਜ ਕੱਲ ਦੀ ਲਾਦ ਵਫਾਦਾਰ ਘੱਟ ਹੈ। ਹਲੇ ਡੇਢ ਤੇ ਹੈ, ਵਫਾ ਨਹੀਂ ਨਜ਼ਰ ਆ। ਨਹੀਂ ਬਸ ਕੀ ਪਤਾ ਵੱਡੇ ਹੋ ਕੇ ਸਹੀ ਹੋਣ, ਤਾਬੇਦਾਰ ਨਿਕਲਣ। ਚਲੋ ਆਮੀਨ, ਅੱਛੀ ਗੱਲ ਹੈ। ਤੁਸੀਂ ਇੰਨੇ ਇੰਨੇ ਤੋਂ ਅੰਦਾਜ਼ਾ ਲਾ ਲਿਆ ਕਿ ਤਾਬੇਦਾਰ ਨਹੀਂ ਤੇ ਬੇਟੀ ਵੱਡੀ ਹੈ। ਅੱਛਾ ਅੱਛਾ, ਬੈਠੀ ਜਿਹੜੀ। ਅੱਛਾ, ਸਹੀ ਆ, ਹਾਊਸ ਵਾਈਫ ਹੋ? ਹਾਂਜੀ ਹਾਂਜੀ। ਸਿੰਗਿੰਗ ਕਰ? ਸਿੰਗਿੰਗ ਦਾ ਸ਼ੌਕ ਕਿੰਨੇ ਅਰਸੇ ਤੋਂ? ਮੈਂ ਬਚਪਨ ਤੋਂ ਹੀ ਗਾ ਰਹੀ ਹਾਂ। ਬਚਪਨ ਤੋਂ ਸਿੰਗਿੰਗ ਕਰ? ਤੇ ਕਾਫੀ ਮੇਰੇ ਸੌਂਗਸ ਨੇ ਵਿਊਜ਼, ਲਾਈਕਸ ਕਾਫੀ ਮਿਲਦੇ ਰਹਿੰਦੇ ਨੇ। ਫਿਰ ਕਿਸੇ ਵੱਡੇ ਪਲੇਟਫਾਰਮ ਤੇ ਕਿਉਂ ਨਹੀਂ ਗਏ? ਜਾਂਦੀ ਰਹਿੰਦੀ ਹਾਂ, ਕਰਦੀ ਰਹਿੰਦੀ ਪ੍ਰੋਗਰਾਮਸ। ਅੱਛਾ, ਘਰ ਵਾਲਿਆਂ ਨੇ ਨਹੀਂ ਕਦੀ ਮੋੜਿਆ ਹੁੰਦਾ ਨਾ? ਬੰਦਿਆਂ ਨੂੰ ਬਹੁਤਾ ਹੁੰਦਾ। ਗੇਮ ਸ਼ੋਅ 'ਚ ਵੀ ਗਾ ਕੇ ਆਈ, ਬਾਈਕ ਵਿਨ ਕੀਤੀ ਹੈ, ਪੰਜ ਨਾਥ ਪ੍ਰੋਗਰਾਮ ਤੇ ਵੀ ਗਾਇਆ, ਨਿਲਾਮ ਘਰ 'ਚ ਗਾਇਆ ਹੈ। ਅੱਛਾ, ਬੰਦਿਆਂ ਨੂੰ ਓਬਜੈਕਸ਼ਨ ਨਹੀਂ ਹੁੰਦਾ? ਅਕਸਰ ਹੁੰਦਾ ਬੰਦਿਆਂ ਨੂੰ ਓਬਜੈਕਸ਼ਨ ਕਿ ਨਹੀਂ ਭਈਆ ਸਿੰਗਿੰਗ ਅੱਛਾ ਕੰਮ ਹੀ ਨਹੀਂ, ਤੁਸੀਂ ਕਰਨੀ ਨਹੀਂ? ਨਹੀਂ, ਮੇਰੇ ਹਸਬੈਂਡ ਬਹੁਤ ਚੰਗੇ ਨੇ ਇਸ ਮਾਮਲੇ 'ਚ, ਬਹੁਤ ਚੰਗੇ ਆ। ਹਾਂ, ਉਹ ਮੈਨੂੰ ਫੁੱਲ ਸਪੋਰਟ ਕਰਦੇ। ਕਿੰਨੇ ਸਾਲ ਹੋ ਗਏ ਵਿਆਹ ਨੂੰ? 15 ਸਾਲ। 15 ਸਾਲ ਹੋ ਗਏ ਨਾ? 15 ਸਾਲਾਂ 'ਚ ਤੁਸੀਂ ਕਿੰਨੇ ਕੁ ਵਾਰੀ ਲੜੇ ਹੋਣੇ ਬੰਦੇ ਨਾਲ? ਜ਼ਿਆਦਾਤਰ ਲੜਾਈ ਤਾਂ ਕਾਰੋਬਾਰ ਤੋਂ ਹੀ ਹੁੰਦੀ ਹੈ, ਕਮਾਉਂਦੇ ਘੱਟ ਨੇ, ਕੰਮ ਘੱਟ ਕਰਦੇ ਨੇ। ਅੱਛਾ, ਜਦੋਂ ਰੋਸਦੇ ਆ ਤੁਸੀਂ ਤੇ ਤੁਹਾਨੂੰ ਐਸੀ ਕਿਹੜੀਆਂ ਦੋ ਲਾਈਨਾਂ ਬੋਲਦੇ ਤੇ ਤੁਸੀਂ ਮੰਨ ਜਾਂਦੇ? ਦੋ ਲਾਈਨਾਂ ਕਿਹੜੀਆਂ? ਮਤਲਬ ਹੁੰਦਾ ਹੀ ਨਾ ਕਿ ਬੰਦਾ ਦੋ ਲਾਈਨਾਂ ਐਸੀਆਂ ਬੋਲਦਾ ਕਿ ਬੁੱਢੀ ਮੰਨ ਜਾਂਦੀ ਹੈ? ਹਾਂ, ਮੰਨ ਵੀ ਜਾਂਦੀ ਹੈ। ਕਿੰਝ? ਬਸ ਅੱਛੇ ਅਲਫਾਜ਼ ਬੋਲ ਕਦੀ ਕਹਿ ਦਿੰਦੇ, ਕਦੀ ਕਿਹਾ ਹੋਵੇ ਨਾ ਸੋਰੀ ਭਾਗਾ ਲਈਏ, ਹੁਣ ਮੈਂ ਮਿਹਨਤ ਕਰਾਂਗਾ, ਐਂ ਦੀ ਕੋਈ ਲਾਈਨ? ਹਾਂ, ਬੜੀ ਵਾਰੀ ਕਿਹਾ, ਬਹੁਤ ਦਫਾ ਕਿਹਾ, ਪਰ ਕਰਦੇ ਨਹੀਂ ਹੁਣੇ। ਨਹੀਂ ਕਰ ਰਹੇ ਨੇ, ਅੱਜ ਕੱਲ੍ਹ ਸ਼ੁਰੂ ਕੀਤੀ ਮਿਹਨਤ।